ਵਿਕਾਸ ਬੈਂਕ ਜ਼ਿਲ੍ਹਾ ਰੂਪਨਗਰ ਦੇ ਸਮੂਹ ਬੈਂਕ ਮੁਲਾਜ਼ਮਾਂ ਦਵਲੋ ਜ਼ਿਲ੍ਹਾ ਦਫ਼ਤਰ ਵਿਖੇ ਰੂਸ ਪ੍ਰਦਰਸ਼ਨ ਕੀਤਾ ਗਿਆ। ਕਿ ਖੇਤੀਬਾੜੀ ਵਿਕਾਸ ਬੈਂਕ ਦੀ ਪੰਜਾਬ ਦੇ ਵਿੱਚ ਲਗਾਤਾਰ 23 ਦਿਨਾਂ ਤੋਂ ਕਲਮ ਛੋੜ ਹੜਤਾਲ ਚੱਲ ਰਹੀ ਹੈ। ਜਿਸ ਵਿੱਚ ਉਹਨਾਂ ਦੀਆਂ ਮੁਖ ਮੰਗਾਂ ਛੇਮਾ ਪੇ ਕਮਿਸ਼ਨ ਤੇ ਕਿਸਾਨੀ ਕਰਜ਼ੇ ਸ਼ੁਰੂ ਕਰਨ ਸੰਬੰਧੀ ਹੈ। ਇਸ ਦਰਨੇ ਦੇ ਵਿੱਚ ਜ਼ਿਲ੍ਹਾ ਰੂਪਨਗਰ ਦਾ ਨਾ ਸੰਬੰਧਿਤ ਖੇਤੀਬਾੜੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਵੱਲੋਂ ਹਾਜ਼ਰੀ ਲਾਈ ਗਈ ਹੈ। ਜਿਸ ਵਿੱਚ ਗਰੰਧਪੁਰ ਸਾਹਿਬ ਤੋਂ ਵੀ ਬੈਂਕ ਦੇ ਮੁਲਾਜ਼ਮ ਇਸ ਦਰਨੇ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਕਿਹਾ ਕਿ 23 ਦਿਨਾਂ ਤੋਂ ਲਗਾਤਾਰ ਕਲਮ ਛੋੜ ਹੜ ਜਾਰੀ ਹੈ ਪਰ ਸਰਕਾਰ ਇਸ ਵਲ ਕੋਈ ਵਿਤਿਆਰਣ ਨਹੀਂ ਦੇ ਰਹੀ ਸਰਕਾਰ ਨੂੰ ਜਾਇਜ਼ ਮੰਗਾਵਲ ਧਿਆਨ ਦੇਣ ਦੀ ਉਹਨਾਂ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਇਹਨਾਂ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਵੀ ਉਹ ਘਾਰ ਲਗਾ ਰਹੇ ਨੇ ਤਾਂ ਜੋ ਬੈਂਕ ਮੁਲਾਜ਼ਮ ਜਲਦ ਤੋਂ ਜਲਦ ਕਲਮ ਛੋੜ ਹੜਤਾਲ ਖਤਮ ਕਰਕੇ ਆਪਣੇ ਕੰਮ ਸ਼ੁਰੂ ਕਰਨ ਤਾਂ ਜੋ ਜਿਹੜੇ ਕਿਸਾਨ ਬੈਂਕ ਦੇ ਵਿੱਚ ਚੱਕਰ ਲਗਾ ਰਹੇ ਨੇ ਉਹਨਾਂ ਦਾ ਕੀਮਤੀ ਸਮਾਂ ਬਚ ਸਕੇ